ਅਸਲਾਮੁਅਲੈਕਮ ਤੇ ਸਭ ਵੇਖਣ ਵਾਲਿਆਂ ਨੂੰ ਸੱਚੀ ਸਟੋਰੀ ਟੀਵੀ ਚੈਨਲ ਤੇ ਜੀ ਆਇਆਂ ਕਹਿੰਨੇ ਆ ਤੇ ਮੈਂ ਕਹਿੰਨਾ ਕਿ ਸਭ ਵੀਰ ਵੇਖਣ ਵਾਲੇ ਵਧੀਆ ਹੋਣਗੇ ਤੇ ਅੱਜ ਯਾਰ ਪਾਕਿਸਤਾਨ ਦੀ ਬੜੀ ਖੂਬਸੂਰਤ ਅਦਾਕਾਰਾ ਆਸੀਆ ਦੇ ਬਾਰੇ ਦੱਸਾਂਗੇ ਕਿ ਯਾਰ ਇਹਨੂੰ ਕਿਸਰਾਂ ਫਿਲਮ ਇੰਡਸਟਰੀ ਚੋਂ ਬਿਜੇਤ ਕਰਕੇ ਕੱਢਿਆ ਗਿਆ ਤੇ ਇਹਦੀ ਨਾਕਾਮੀ ਦੇ ਪਿੱਛੇ ਉਹ ਕਿਹੜੇ ਬੰਦੇ ਦਾ ਹੱਥ ਏ ਤੇ ਉਹ ਕਿਹੜੇ ਲੋਕ ਸਨ ਕਿ ਜਿਹੜੇ ਯਾਰੋਂ ਇਹਦੇ ਹੱਥ ਧੋ ਕੇ ਪਿੱਛੇ ਪੈ ਗਏ ਤੇ ਆਹਰ ਕਰ ਜੋ ਚਾਹਦੇ ਸਨ ਉਹ ਅਦਾਕਾਰਾ ਆਸੀਆ ਦੇ ਨਾਲ ਉਹਨਾਂ ਕਰਵਾਇਆ ਤੇ ਫਿਲਮ ਇੰਡਸਟਰੀ ਚੁੱਕੀ ਆਸੀਆ ਯਾਰ ਗੁੱਸੇ ਦੇ ਨਾਲ ਆਣ ਕੇ ਇਸ ਮੁਲਖ ਨੂੰ ਹੀ ਛੱਡ ਗਈ ਇਹ ਸਾਰਾ ਮਾਮਲਾ ਤੁਹਾਨੂੰ ਦੱਸਾਂਗੇ ਕਿ ਯਾਰ ਅਦਾਕਾਰਾ ਆਸੀਆ ਦੇ ਨਾਲ ਕਿ ਕਿਜਾ ਐਸਾ ਪਾਣਾ ਵਰਤਿਆ ਫਿਲਮ ਇੰਡਸਟਰੀ ਨੂੰ ਕੀ ਉਹ ਪਾਕਿਸਤਾਨ ਨੂੰ ਛੱਡ ਕੇ ਟੁਰ ਗਈ ਤੁਸੀਂ ਤੇ ਸੁਣਿਆ ਹੋਣਾ ਨਾ ਕਹਿੰਦਾ ਯਾਰ ਪਿਓ ਤੇ ਮਾਮਾ ਬੜੇ ਜ਼ਾਲਮ ਸਨ ਲੇਕਿਨ ਅੱਜ ਅਸੀਂ ਤੁਹਾਨੂੰ ਪੂਰਾ ਵਾਕਿਆ ਤੇ ਉਹ ਬੰਦਾ ਦੱਸਾਂਗੇ ਕਿ ਜਿੰਦੀ ਵਜ੍ਹਾ ਤੋਂ ਯਾਰ ਐਂਦੀ ਜ਼ਿੰਦਗੀ ਜਿਹੜੀ ਫਿਲਮ ਇੰਡਸਟਰੀ ਦੀ ਨਾ ਫਨਾ ਹੋ ਕੇ ਰਹਿ ਗਈ ਤੇ ਜੇ ਤੁਸੀਂ ਇਹ ਵਾਕਿਆ ਪੂਰਾ ਸੁਨਣਾ ਚਾਹਦੇ ਜੇ ਤੇ ਫਿਰ ਸਾਡੀ ਵੀਡੀਓ ਨਾਲ ਜੁੜੇ ਰਹੋ ਤੇ ਜੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੈਨੂੰ ਫਿਰ ਦਿਲੋਂ ਜਾਨ ਨਾਲ ਸਬਸਕ੍ਰਾਈਬ ਕਰੋ ਪਿਆਰ ਦਿਓ ਤੇ ਆਓ ਫਿਰ ਵੀਡੀਓ ਸ਼ੁਰੂ ਕਰੀਏ ਤੇ ਅਸੀਂ ਤੁਹਾਨੂੰ ਦਸੀਏ ਕਿ ਪਾਕਿਸਤਾਨੀ ਅਦਾਕਾਰਾਂ ਕਿ ਜਿਸ ਤਰ੍ਹਾਂ ਉਹਦੇ ਕੈਰੀਅਰ ਦੀ ਬੜੀ ਵੱਡੀ ਫਿਲਮ ਫਿਲਮ ਮੌਲਾ ਜੱਟ ਲੋਕਾਂ ਨੇ ਬਹੁਤ ਮੁਹੱਬਤਾਂ ਦਿੱਤੀਆਂ ਪਿਆਰ ਦਿੱਤੀਆਂ ਕਿ ਮੁੱਖੋ ਜੱਟੀ ਦਾ ਇਹਨੇ ਕਿਰਦਾਰ ਕੀਤਾ ਸੀ ਮੌਲਾ ਜੱਟ ਦੇ ਵਿੱਚ ਤੇ ਵਾਕਈ ਯਾਰ ਰੱਬ ਨੇ ਉਹਨੂੰ ਹੁਸਨ ਵੀ ਦਿੱਤਾ ਸੀ ਤੇ ਵਾਕਈ ਇੰਜ ਹੀ ਲੱਗਦੀ ਸੀ ਕਿ ਜਿਵੇਂ ਯਾਰ ਵਾਕਈ ਪੰਜਾਬ ਦੀ ਜੱਟੀ ਹੈ ਕਿ ਯਾਰ ਅਦਾਕਾਰਾ ਆਸੀਆ ਨੇ ਆਪ ਦੇ ਦਿਲ ਜਾਨ ਨਾਲ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਦੀ ਸੀ ਤੇ ਲੋਕੀ ਵੀ ਯਾਰ ਇਹਨੂੰ ਮੁਹੱਬਤਾਂ ਦਿੰਦੇ ਸਨ ਪਸੰਦ ਕਰਦੇ ਸਨ ਪਿਆਰ ਦਿੰਦੇ ਸਨ ਤੇ ਸੁਲਤਾਨੀ ਦੀ ਜੋੜੀ ਨੂੰ ਤੇ ਅਦਾਕਾਰ ਆਸੀਆ ਦੀ ਜੋੜੀ ਨੂੰ ਬਹੁਤ ਹੀ ਜ਼ਿਆਦਾ ਲਾਈਕ ਦਿੱਤਾ ਜਾਂਦਾ ਸੀ ਤੇ ਪਸੰਦ ਕੀਤਾ ਜਾਂਦਾ ਸੀ ਤੇ ਹੁਣ ਆ ਉਸ ਗੱਲਬਾਤ ਤੇ ਕਿ ਯਾਰ ਅਦਾਕਾਰ ਆਸੀਆ ਨੂੰ ਕਿਹੜਾ ਬੰਦਾ ਸੀ ਕਿ ਜਿਹਨੇ ਯਾਰ ਫਿਲਮ ਇੰਡਸਟਰੀ ਦੇ ਵਿੱਚ ਇਹਦੀ ਮਿੱਟੀ ਪਲੀਤ ਕਰਕੇ ਰੱਖ ਦਿੱਤੀ ਦਰਦ ਭਰਾ ਭਰਿਆ ਵਾਕਿਆ ਅਦਾਕਾਰ ਆਸੀਆ ਦਾ ਤੁਸੀਂ ਸੁਣੋਗੇ ਤੇ ਵਾਕਿਆ ਮੰਨ ਜਾਓਗੇ ਕਿ ਵਾਕਿਆ ਯਾਰ ਅਦਾਕਾਰ ਆਸੀਆ ਦੇ ਨਾਲ ਜ਼ਿਆਤੀ ਹੋਈ ਤੇ ਉਹ ਕਿਹੜਾ ਬੰਦਾ ਹੈ ਕਿ ਜਿਨੇ ਅਦਾਕਾਰ ਆਸੀਆ ਦੇ ਨਾਲ ਜ਼ਿਆਤੀ ਕੀਤੀ ਉਹ ਜ਼ਿਆਤੀ ਤੋਂ ਮਰਾਦ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਫਿਲਮ ਇੰਡਸਟਰੀ ਦੇ ਵਿੱਚ ਇਹਦਾ ਨਾਮ ਬਦਨਾਮ ਹੋ ਗਿਆ ਕਿ ਨਾਮ ਬਦਨਾਮ ਹੋ ਗਿਆ ਤੇ ਉਹ ਕਿਹੜੇ ਨੇ ਉਹ ਪਿਆਰਿਓ ਆਪਣੇ ਕੈਮਰਾਮੈਨ ਸਨ ਰਿਆਜ਼ ਬੱਟ ਸਾਬ ਹੋਰੀ ਕਿਉਂ ਨਾ ਯਾਰ ਇਹਨਾਂ ਨੂੰ ਰਿਆਜ਼ ਬੱਟ ਨੂੰ ਇਹ ਸਾਰੀ ਜਿਹੜੀ ਸਟੋਰੀ ਚੱਲੀ ਸੀ ਨਾ ਇਹਦੇ ਪਿੱਛੇ ਤੁਹਾਨੂੰ ਪਤਾ ਹੈ ਕਿ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੁੰਦਾ ਹੈ ਕਿ ਕਿਸੇ ਨੂੰ ਤੁਸੀਂ ਨਾ ਹੁੰਦਾ ਮਿੱਟੀ ਚ ਮਲਾਉਣਾ ਹੈ ਨਾ ਤੇ ਕਿਸੇ ਨਾ ਕਿਸੇ ਨੂੰ ਨਾ ਗਰੁੱਪ ਬਣਾਉਣਾ ਪੈਂਦਾ ਤੇ ਇਸੇ ਤਰ੍ਹਾਂ ਹੀ ਕੈਮਰਾਮੈਨ ਰਿਆਜ਼ ਬੱਟ ਕਿਆਂ ਨੇ ਗਰੁੱਪ ਬਣਾਇਆ ਕਿ ਅਦਾਕਾਰਾਂ ਆਸਿਆ ਨੂੰ ਅਸੀਂ ਫਿਲਮ ਇੰਡਸਟਰੀ ਦੇ ਵਿੱਚੋਂ ਕਿਵੇਂ ਭਜਾ ਸਕਨੇ ਆ ਕਿੰਦਾ ਨਾਮ ਬਦਨਾਮ ਕਿਵੇਂ ਕਰ ਸਕਨੇ ਆ ਤੇ ਇਹ ਸਾਰਿਆਂ ਨੇ ਫਿਰ ਫੈਸਲਾ ਕਰਕੇ ਆਪਣੇ ਜਿਹੜੀਆਂ ਦੂਸਰੀਆਂ ਸਮਝ ਗਈ ਆਏ ਹੁਣੇ ਅਸੀਂ ਨਾ ਤੇ ਕਿਸੇ ਦਾ ਲੈਣਾ ਚਾਹਦੇ ਕਿਉਂਕਿ ਅਦਾਕਾਰਾ ਆਸੀਆ ਦੇ ਨਾ ਜਿੱਦੋ ਇਹ ਆਪਦੇ ਅਰੋਜ ਤੇ ਸੀ ਨਾ ਤੇ ਕੋਈ ਵੀ ਜਿਹੜੀ ਅਦਾਕਾਰਾ ਸੀ ਨਾ ਇਹਦੇ ਸਾਹਮਣੇ ਨਹੀਂ ਸੀ ਆਂਦੀ ਸਾਹਮਣੇ ਤੋਂ ਮਰਾਦ ਕਿ ਜਿੰਨੀ ਦੇ ਰੇ ਆਸੀਆ ਰਹੀ ਏ ਦੂਸਰੀਆਂ ਅਦਾਕਾਰਾ ਪੈਰ ਨਹੀਂ ਜਮਾ ਸਕੀਆਂ ਕਿ ਯਾਰ ਜਦੋਂ ਆਸੀਆ ਫਿਲਮਾਂ ਦੇ ਵਿੱਚ ਕੰਮ ਕਰਦੀ ਸੀ ਪ੍ਰੋਡੂਸਰ ਡਾਇਰੈਕਟਰ ਇਹਨੂੰ ਡਾਇਰੈਕਟ ਕਰ ਲੈਂਦੇ ਸਨ ਤੇ ਜਿਹੜਾ ਸ਼ਖਸ ਸੀ ਨਾ ਇਹ ਇਸੇ ਤਰ੍ਹਾਂ ਪਹਿਲੇ ਵੀ ਅਦਾਕਾਰਾਂ ਦੇ ਨਾਲ ਜਿੰਨੂੰ ਮਰਜ਼ੀ ਆਪਦੇ ਦਫ਼ਤਰ ਬੁਲਾ ਲੈਂਦਾ ਸੀ ਤੇ ਅਦਾਕਾਰਾਂ ਆਸੀਆ ਨੂੰ ਵੀ ਇਹਨੇ ਧੋਖੇ ਦੇ ਨਾਲ ਆਪਦੇ ਦਫ਼ਤਰ ਬੁਲਾਇਆ ਤੇ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਲੇਕਿਨ ਅਦਾਕਾਰਾ ਆਸੀਆ ਘਰੋਂ ਭਾਵੇਂ ਦੁਖੀ ਸੀ ਆਪਦੇ ਮਾਮੇ ਦੇ ਹੱਥੋਂ ਆਪਦੇ ਪਿਓ ਦੇ ਦੁੱਖੋਂ ਦੁਖੀ ਸੀ ਲੇਕਿਨ ਉਹ ਕੰਮ ਸਾਫ਼ ਸੁਥਰਾ ਤੇ ਦਿਲ ਜਾਨ ਨਾਲ ਕਰਦੀ ਸੀ ਜੇ ਸਰਾਹ ਜੀ ਸੁਲਤਾਨੀ ਕਰਦਾ ਹੁੰਦਾ ਸੀ ਤੇ ਇਸੇ ਤਰ੍ਹਾਂ ਯਾਰ ਇਹ ਰੋਂਦੀ ਹੋਈ ਹੁੰਦੇ ਕਮਰੇ ਦੇ ਵਿੱਚੋਂ ਨਿਕਲੀ ਇਹਨੇ ਆਪਦੀ ਜਾਨ ਛਡਾਈ ਤੇ ਸਟੂਡੀਓ ਦੇ ਵਿੱਚ ਹੀ ਸਨ ਉਹ ਬਾਹਰ ਦੇ ਬੰਦਿਆਂ ਨੇ ਵੇਖਿਆ ਤੇ ਉਹਨਾਂ ਕਿਹਾ ਜੀ ਓ ਹੋ 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 ਅਦਾਕਾਰਾ ਹਸੀਆ ਨੇ ਤੇ ਰਿਆਜ਼ ਬੱਟ ਦੇ ਨਾਲ ਇੰਜ ਕਰ ਦਿੱਤਾ ਤੇ ਉੰਜ ਕਰ ਦਿੱਤਾ ਇਹਦੀ ਬਦਨਾਮੀ ਹੋ ਗਈ ਯਾਰ ਆਹਰਕਾਰ ਇਹਨੇ ਕੀ ਕੀਤਾ ਕਿ ਫਿਲਮ ਦੇ ਸੈਟ ਤੋਂ ਟੁਰੀ ਉਹ ਸਟੂਡੀਓ ਟੁਰੀ ਕਾਰ ਆ ਗਈ ਜਿੰਨੀਆਂ ਫਿਲਮਾਂ ਸਟਾਰਟ ਹੋਈਆਂ ਸਨ ਇਹਨੇ ਖਤਮ ਕਰ ਦਿੱਤੀਆਂ ਇਹਨੇ ਕਿਹਾ ਜੀ ਮੈਂ ਫਿਲਮਾਂ 'ਚ ਕੰਮ ਨਹੀਂ ਕਰਨਾ ਇਹ ਫਿਰ ਆਪਣੇ ਹਾਜੀ ਸੁਲਤਾਨ ਸਾਹਿਬ ਅਦਾਕਾਰ ਯੂਸਫ ਖਾਨ ਇਹ ਅਦਾਕਾਰ ਆਸੀਆ ਨੂੰ ਮਨਾ ਕੇ ਲਿਆਏ ਕਿ ਮੈਡਮ ਜੀ ਜਿਹੜੀਆਂ ਫਿਲਮਾਂ ਸ਼ੁਰੂ ਹੋਈਆਂ ਨੇ ਨਾ ਚਲੋ ਤੁਸੀਂ ਉਹ ਸਾਨੂੰ ਮੁਕੰਮਲ ਕਰ ਦਿਓ ਇਹ ਪ੍ਰੋਡੂਸਰਾਂ ਦਾ ਰੁਪਈਆ ਬਰਬਾਦ ਹੋ ਜਾਏਗਾ ਕਿ ਆਪਣੇ ਪ੍ਰੋਡੂਸਰਾਂ ਦਾ ਰੁਪਈਆ ਜ਼ਾਇਆ ਚਲਾ ਜਾਏਗਾ ਤੇ ਤੇਰੀ ਮਿਹਰਬਾਨੀ ਤੂੰ ਅੱਲਾ ਵਾਸਤੇ ਫਿਲਮਾਂ ਕਰ ਦੇ ਜਿਹੜੀ ਪੇਮੈਂਟ ਤੇਰੇ ਨਾਲ ਮੁੱਕੀ ਉਹ ਤੈਨੂੰ ਮਿਲੇਗੀ ਤੇ ਫਿਰ ਵੇਖ ਕੇ ਤੇ ਉਹ ਫਿਲਮ ਅਦਾਕਾਰ ਆਸੀਆ ਨੇ ਮੁਕੰਮਲ ਕਰਾਈਆਂ ਤੇ ਇਸ ਤਰ੍ਹਾਂ ਪਿਆਰਿਓ ਫਿਲਮ ਫਿਲਮ ਇੰਡਸਟਰੀ ਦੇ ਵਿੱਚ ਅਦਾਕਾਰ ਆਸੀਆ ਦਾ ਨਾਮ ਬਦਨਾਮ ਕੀਤਾ ਗਿਆ ਤੇ ਫਿਰ ਜਿਹੜੀਆਂ ਦੂਸਰੀਆਂ ਅਦਾਕਾਰਾਂ ਸਾਨੂੰ ਸਾਹਮਣੇ ਆਈਆਂ ਤੇ ਫਿਰ ਇਹ ਗੁੱਸੇ ਦੇ ਨਾਲ ਫਿਲਮ ਇੰਡਸਟਰੀ ਕੀ ਨੇ ਛੱਡੀ ਇਹ ਪਾਕਿਸਤਾਨ ਨੂੰ ਛੱਡ ਕੇ ਟੁਰ ਗਈ ਪਾਕਿਸਤਾਨ ਨੂੰ ਯਾਰ ਛੱਡ ਕੇ ਟੁਰ ਗਈ ਇਹ ਜੀ ਅਦਾਕਾਰਾ ਸੀ ਕਿ ਉਹਨੇ ਰੁਪਈਏ ਲੈ ਨਹੀਂ ਵੇਖਿਆ ਆਪਣੇ ਕੈਰੀਅਰ ਲੈ ਨਹੀਂ ਵੇਖਿਆ ਉਨੇ ਗਿਆ ਖਾ ਗਿਆ ਕਸਮਾਂ ਦਾ ਸਿਰ ਹੁਣ ਮੇਰਾ ਨਾ ਫਿਲਮ ਇੰਡਸਟਰੀ ਦੇ ਵਿੱਚ ਬਦਨਾਮ ਹੋ ਗਿਆ ਤੇ ਲਿਆਜ਼ਾ ਮੈਂ ਹੁਣ ਕੰਮ ਹੀ ਨਹੀਂ ਕਰਨਾ ਤੇ ਇਸਰਾ ਪਿਆਰਿਓ ਫਿਰ ਅਦਾਕਾਰਾ ਆਸੀਆ ਤੇ ਜ਼ਵਾਲ ਨਹੀਂ ਸੀ ਆਇਆ ਭਰਿਆ ਮੇਲਾ ਛੱਡ ਕੇ ਤੇ ਲੰਡਨ ਟੁਰ ਗਈ ਸੀ ਤੇਜ ਸੋਹਣੋ ਸਾਡੀ ਅੱਜ ਦੀ ਸਟੋਰੀ ਤੇ ਜੇ ਸਾਡੀ ਸਟੋਰੀ ਤੁਹਾਨੂੰ ਚੰਗੀ ਲੱਗੀਏ ਤੈਨੂੰ ਫਿਰ ਲਾਈਕ ਸ਼ੈੱਕ ਕਰੋ ਅੱਗੇ 11 ਬਿਲੀਅਨਾਂ ਨਾਲ ਸ਼ੇਅਰ ਕਰੋ ਮੈਂ ਕਹਿਣਾ ਕਿ ਕੋਕੇ ਪਰੋ ਛੱਡੋ ਤੇ ਜੇ ਹਾਲੇ ਤੱਕ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਇਹਨੂੰ ਫਿਰ ਯਾਰ ਦਿਲੋਂ ਜਾਨ ਨਾਲ ਸਬਸਕ੍ਰਾਈਬ ਕਰ ਦਿਓ ਤੇ ਇਹਦੇ ਨਾਲ ਹੁਣ ਸਾਨੂੰ ਇਜਾਜ਼ਤ ਦਿਓ ਜਲਦੀ ਮਿਲਾਂਗੇ ਇਹੋ ਜੀ ਨਵੀਂ ਜਾਣਕਾਰੀ ਦੇ ਨਾਲ ਤੇ ਅੱਲਾ ਨਿਗ੍ਹਿਬਾਨ